I am.
बड़ा प्यारा शेर तुसें नजर होया इस बदम में साढ़े भाई असलम साहब यूपी तो जेड़े तशरीफ माए उन्हें वेलकम आना एक शेर अदायतुल्ला सरकार ना कि है मेरे मौला अगर ये सब दरख्त कलमा बन जान समंदर स्याही हो जान ते जिन्नो बशर सब अगर ता याद मिली तो उसकी तारीफ लिखना शुरू कर देने फिर भी नहीं मुक सकते शेर अदायतुल्ला साहब ना साढ़े एक भाई बहुत प्यारे चौधरी मोहम्मद आजाद साहब जेड़ा कन्याल बेवल नजर अंदर लगा आल मकीम यूके लंदन उन्होंने चाद मुताबक सरकार आख्या मेरे मौला इस सब दरख्त जे आउन कलमा सब दरख्त आउन कलमा दीवल स्कोरिंग करने वाला बंदा ना अक्सरियत बंदे मी जानने भी हैं चौधरी अकरम शरफानी नहीं लिस्ट विच वो बंदा सी जिसने मड़ा अकल आना मैं सामी को नहीं मैं इच्छाओं बिल्कुल छोटा सी जिस वक्त शरफानी शुरू की थी तो ना ना इसी कोई लगता तो असा भी आज फखर है क्योंकि चौधरी अकरम का पुत्र जड़ा चौधरी अकरम ने नहीं बनना होना लेकिन हुक्म ही जरूर पूरी कर सी तो उसको बनने मतलब यह है
ਜਿਹੜਾ ਦਾਇਮ ਸਾਹਿਬ ਨੇ ਸ਼ੇਰ ਮੈਂ ਜਨਾਬ ਦੋ ਗੱਲੀਆਂ ਪੇਸ਼ ਕੀਤੀਆਂ, ਯੂੰ ਸਮਝੋ ਕਿ ਚੌਧਰੀ ਕਰਮ ਰਵੀਰ ਸਰਕਾਰ ਨੇ ਲਿਖਿਆ। ਬੇਸ਼ੁਮਾਰ ਸ਼ਰਫਾਨ ਆਏ ਦੁਨੀਆਂ ਛੋੜੀ ਗਏ, ਜ਼ਿੰਦਾ ਵੀ ਥੇ ਲੇਕਿਨ ਉਹ ਬੰਦਾ ਇਸ ਦੁਨੀਆਂ ਤੋਂ ਚਲਾ ਗਿਆ, ਅਜੇ ਵੀ ਲੋਕਾਂ ਨੇ ਦਿਲਾਂ ਵਿੱਚ ਕੀਤਾ। ਔਰ ਜ਼ਿੰਦਾ ਇਹ ਬਹੁਤ ਘੱਟ ਲੋਕ ਹੋਣੇ, ਸਾਡੀ ਪਟਵਾਰੀ ਵਿੱਚ ਚੌਧਰੀ ਅਕਰਮ ਕੱਕੋ ਵਾਲੀ ਜਿਨੂੰ ਸਿਰਫ ਸਰਕਾਰ ਤੋਂ ਦਾਇਮ ਇਕਬਾਲ ਸਰਕਾਰ ਲਿਖ ਰਹੇ ਨੇ। ਚੰਗੀਆਂ ਯਾਦਾਂ ਬੰਦਾ ਛੋੜੀ ਤੇ ਜਾਣਾ, ਲੈ ਕੇ ਜਾਣਾ ਤਾਂ ਆਪਾਂ ਇਮਾਨ ਨਾਲ ਲੈ ਕੇ ਜਾਣਾ, ਛੋੜੀ ਤੇ ਜਾਣਾ ਤੇ ਚੰਗੀਆਂ ਯਾਦਾਂ। ਅਗਰ ਕੋਈ ਚੰਗੀਆਂ ਯਾਦਾਂ ਛੋੜੀ ਗਏ ਤਾਂ ਹੀ ਅੱਜ 18 ਸਾਲ ਗੁਜ਼ਰੀ ਗਏ ਉਹਨਾਂ ਕੇ ਇਸ ਦੁਨੀਆਂ ਤੋਂ ਪਰਦਾ ਕੀਤਾ, 19 ਸਾਲ ਜਾਰੀ ਆ ਤੇ ਅੱਜ ਵੀ ਲੋਕ ਤਕਰੀਬਨ ਯਾਦ ਕਰ ਰਹੇ ਪਏ। ਤੇ ਇਸਦੇ ਨਾਲ ਨਾਲ ਮੈਂ ਜ਼ਰੂਰੀ ਸਮਝਾਂ ਕਿ ਇਸ ਅਗਲੇ ਮਹੀਨੇ ਦੀ 15 ਮਈ ਉਹਨਾਂ ਦੀ 18ਵੀਂ ਬਰਸੀ ਹੈ, ਜਿਸਨੇ ਮੇਰੀ ਤਰਫੋਂ ਤੁਸੀਂ ਸਾਰਿਆਂ ਬਜ਼ੁਰਗਾਂ ਭਰਾ ਦੋਸਤਾਂ ਕੀ ਉੱਥੇ ਆਉਣ ਦੀ ਦਾਵਤ ਹੈ, ਕਿਉਂਕਿ ਸਾਡੀ ਬਰਸੀ ਐਸੀ ਬਰਸੀ ਹੈ ਬਜ਼ੁਰਗਾਂ ਦੀ ਜਿਸਨੇ ਮੈਂ ਅੱਜ ਦਿਨ ਤੱਕ ਕਿਸੇ ਬੰਦੇ ਦੀ ਮਹਿਮਾਨੇ ਖਸੂਸੀ ਨਹੀਂ ਲਿਖਿਆ ਬੈਨਰ, ਕਿਉਂ ਕਿ ਮੇਰੇ ਵਾਲਦ ਨਾਲ ਹਰ ਜਾਣ ਵਾਲਾ ਮੇਰੇ ਵਾਸਤੇ ਮਹਿਮਾਨੇ ਖਸੂਸੀ ਆ। ਤੇ ਕਿਉਂਕਿ ਮੈਂ ਅਗਰ ਅੱਜ ਇਸ ਸਟੇਜ ਉੱਪਰ ਆ, ਮੈਨੂੰ ਇਸ ਚੀਜ਼ ਨਾਲ ਫਖਰ ਆ ਕਿ ਮੈਨੂੰ ਅਗਰ ਸੁਰ ਗੁਰ ਲੱਭੀ ਤੇ ਆਪਣੇ ਬਾਪ ਗੁਰੂ ਲੱਭੀ ਹੋਈ ਚੀਜ਼ ਹੈ। ਮੈਂ ਬਹੁਤ ਬੱਚਾ ਜਸਾਂ ਦੇ ਕੰਨੇ 'ਚ ਆਵਾਜ਼ ਪਈ ਸੀ ਪਰ ਰਮਜ਼ਾਨ ਦੀ ਸਾਰਾ ਨਹੀਂ, ਤਾਂ ਫਿਰ ਫਖਰ ਇਸ ਗੱਲ ਆ ਕਿ ਬਾਪ ਨੇ ਸਾ ਜਿੰਦੇ ਮੈਨੂੰ ਲੱਭੇ, ਇੱਜ਼ਤ ਸ਼ੋਹਰਤ ਲੱਭੀ ਤੇ ਬਾਪ ਨੇ ਨਾ ਇਹਨਾਂ ਲੱਭੀ, ਅਗਰ ਸੰਗਤ ਮੈਨੂੰ ਲੱਭੀ ਹੋਈ ਤੇ ਬਾਪ ਨਹੀਂ ਲੱਭੀ ਹੋਈ। ਤੋ ਕੋਈ ਵੀ ਚੀਜ਼ ਮਿਲੇ, ਮੈਦਾਨ ਮਿਲੇ, ਇੱਜ਼ਤ ਮਿਲੇ, ਸ਼ੋਹਰਤ ਮਿਲੇ, ਕੋਈ ਚੀਜ਼ ਮਿਲੇ ਤਾਂ ਇਨਸਾਨ ਨਾ ਇੱਕ ਹੀ ਕੰਮ ਬਣਨਾ, ਸ਼ੁਕਰ ਉਸ ਰੱਬੇ ਪੈਦਾਦ ਦਾਏ, ਸ਼ੁਕਰ ਉਸ ਰੱਬੇ ਪੈਦਾਦ ਦਾਏ, ਬਸ ਮੇ ਸੁਖਮ ਆਰੀਆ ਗਵਾ ਤੁਸੀਂ
ਮੁੱਖ ਦੋਸਤ ਭਾਜੀ ਸਲਮਾਨ ਸਾਹਿਬ ਡਰਪਾਸਾ ਦਾ ਮਲਕਾ ਆਜ਼ਾਦ ਕਸ਼ਮੀਰ ਮੈਂ ਉਹਨਾਂ ਦੀ ਬਹਿਨ ਨੂੰ ਬਣਾ ਔਰ ਮੈਂ ਰਿਕੁਐਸਟ ਕਰਨਾ ਹੋਊਗਾ ਕਿ ਅੱਜ ਮੁੱਖ ਦੂਰ ਕੇ ਇਹਨਾਂ ਦੀ ਕੁਰਸੀ ਖਾਲੀ ਕਰੀ ਦਿਓ जितनी इल्लत उस पाप की अपार थी।
ਚੱਲੇ।